ਅਸਲਾਮ ਅਲੈਕੁਮ ਦੋਸਤੋ ਕੀ ਹਾਲ ਹੈ ਮੈਂ ਮਲਕ ਮੁਹੰਮਦ ਰਜ਼ਾ ਤੇ ਤੁਸੀਂ ਸੁਣਦੇ ਪਏ ਸਾਡਾ YouTube ਚੈਨਲ ਐਲਮ ਸਟੂਡੀਓ ਐਂਡ ਵਲੌਗ ਦੋਸਤੋ ਇਹ ਜਿਹੜਾ ਕੱਲ ਮੈਂ ਤੁਹਾਨੂੰ ਦਿਖਾਈਏ ਉਹ ਮੇਰੀ ਪਹਿਲੇ ਜਰੀ ਮੈਂ ਮੱਕੀ ਸ਼ੱਕੀ ਵਾਈਏ ਉਹ ਤਾਂ ਮਾਸ਼ਾਅੱਲਾ ਕਾਫੀ ਸਾਰੀ ਵੱਡੀ ਥੀ ਆਈਏ ਤੇ ਹੁਣ ਜਰੀ ਇਹ ਮੈਂ ਲੇਟ ਵਾਈ ਆਈ ਕਿਉਂਕਿ ਇਹਦੇ ਵਿੱਚ ਮੈਂ ਪਹਿਲੇ ਲੋਹਾਇਆ ਜੰਤਰ ਤੇ ਵਾਲੋਂ ਦੇ ਉੱਤੇ ਰੂਟਰ ਮਾਰ ਆਈ ਰੂਟਰ ਮਾਰਨ ਤੋਂ ਬਾਅਦ ਸਹੀ ਇਹ ਮੱਕੀ ਗਾਲੂ ਲੇਟ ਜ਼ਰਾ ਥੀ ਕਿ ਵਲ ਵਿੱਚ ਮੁਹਰਮ ਆ ਗਿਆ ਇਹ ਵਜ੍ਹਾ ਕਰਨ ਤੇ ਇਹ ਤੱਕ ਮੈਂ ਅੱਜ ਇਹ ਦਿਖਾਂਦਾ ਪਿਆ ਵੀਡੀਓ ਸ਼ੁਰੂ ਕਰਨੋਂ ਪਹਿਲੇ ਆ ਗਏ ਤੁਸਾਂ ਸਾਡੇ ਚੈਨਲ ਕੋ ਸਬਸਕ੍ਰਾਈਬ ਕਰਨੇ ਕੀਤਾ ਸਾਡੇ ਚੈਨਲ ਕੋ ਸਬਸਕ੍ਰਾਈਬ ਕਰਾਇ ਤੇ ਬੈਲ ਆਈਕਨ ਕੋ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਟਾਈਮ ਨਾਲ ਮਿਲੇ ਤੇ ਦੋਸਤੋ ਇੱਥੇ ਹੁਣ ਮਾਸ਼ਾਅੱਲਾ ਜੰਦੀ ਪਈਏ ਆਜੀ ਕੋ ਚੋਇਆ ਲੱਗਦਾ ਪਈ ਤੇ ਦੇਖੋ ਵਲ ਕੀ ਆ ਇਹ ਬੀਜ ਕੀ ਰੰਗ ਦੇਖੇ ਇਹ ਸਾਈਂ ਬੀਜ ਮੈਂ ਲੋਕਾਂ ਡਰਾਇਆ ਪਾਇਨਰ ਦਾ ਬੀਜ ਹੈ ਤਰੀ ਵਸਤਾ ਸੀ ਤੇ ਉਹ ਕਿੰਨੇ ਬਿਲਕੁਲ ਜੰਦਾ ਕਹ ਨਹੀਂ ਪੇ ਤੁਸਾਂ ਦਾ ਕੀਦੀ ਖੜੇ ਵੇਦੇ ਇੱਕ ਵਾਪਸ ਕਰੋ ਤੇ ਵਲ ਮੈਂ ਜਿਹੜੇ ਵਲ ਪਹਿਲੇ ਮੇਰੀ ਉਹ ਮੱਕੀ ਲੱਗਦੀ ਪਈ ਐ ਤੇ ਉਹਦੇ ਵਿੱਚ ਮੈਂ ਇੱਕ ਡੂ ਲੈਣਾ ਲਵਾਇਆ ਤੇ ਉਹਦਾ ਰਿਜ਼ਲਟ ਨਿਕਲ ਆਇਆ ਕਿ ਮਾਸ਼ਾਅੱਲਾ ਠੀਕ ਠਾਕ ਜਮਾਈ ਉਹ ਤਾਂ ਠੀਕ ਠਾਕ ਜਮੇ ਤੇ ਮਾਸ਼ਾਅੱਲਾ ਇੱਦਾਂ ਹੀ ਹੁਣ ਕਾਫੀ ਆ ਨੀ ਕਿ ਬੀਜ ਹੀ ਨਿਕਲੇ ਪੌਦੇ ਛੋਟੇ ਛੋਟੇ ਨਿਕਲਦੇ ਪੈਣ ਬੀਜ ਯਾਨੀ ਕਿ ਦੋਸਾ ਤੇ ਦੇਖੋ ਅੱਗਾ ਕੀ ਕਿਸਮਤ ਹੈ ਇਹਦੇ ਕੀ ਰੰਗ ਹੈ ਤੇ ਬਾਕੀ ਦਾ ਕਿਸਮਤ ਦਾ ਸਾਰਾ ਖੇੜੇ ਸਹੀਂ ਤੇ ਬਸ ਸਵੇਰੇ ਸਵੇਰੇ ਮੈਂ ਉਹਦਾ ਪਾਣੀ ਲਾਉਣ ਮੈਂ ਕਿ ਯਾਰ ਭਿਰਾ ਵੰਡਾਲ ਵੀਡੀਓ ਸ਼ੇਅਰ ਕਰ ਗੀ ਨੂੰ ते तो क्या तो क्या राय है कि बीज ठीक जमा पाए ये तो मैं बैक कैमरा कर दिखेना भी हाँ समय कु नया ऐसे रिटे में बीज निकलता पाए माशाला जमदा तो ठीक पाए बाकी वाल किस्मत देखो ऐसे बीज ये पाइन इसे बीजे पर्यटन त्री वस्ता अज कुछ चौया मिलता पाए तो माशाला उम्मीद है कि चंगा निकला से ਬਾਕੀ ਵੀਰਾਂ ਜਿਨ੍ਹਾਂ ਸਾ ਕੋ مشورہ ਜਾਂ ਕੋਈ رائے ਸ਼ਾਇਦ ਦੇਵਣੀ ਹੈ ਉਹ ਕਮੈਂਟ ਇਹ ਜ਼ਰੂਰ ਆਪਣਾ مشورہ ਉਥੇ ਗਿਰ ਲਿਖਸਨ ਜਾਂ ਕਮੈਂਟ ਲਿਖਸਨ ਕਮੈਂਟ ਸਾ ਕਰੇਸਨ ਤੇ ਅਸਾਂ ਉਹ ਪੜ ਗਿੰਸੂ ਤਾਂ ਕਿ ਉਹਨਾਂ ਵੀਰਾਂ ਦਾ ਜਿਹੜਾ ਤਜਰਬਾ ਹੈ ਉਹ ਵੀ ਸਾ ਕੋ ਪਤਾ ਚੱਲ ਬਣੇ ਉਹਨਾਂ ਦਾ ਤਜਰਬਾ ਹੈ ਤੇ ਵਲ ਸਾ ਕੋ ਜਿਹੜੀ ਉਹ ਚੀਜ਼ ਯਾਨੀ ਕਿ ਅਗਾ ਇਹਦੇ ਵਾਸਤੇ ਸਪਰੇ ਜਾਂ ਕੋਈ ਜੋ ਵੀ ਚੀਜ਼ ਹੋਸੀ ਯਾਨੀ ਕਿ ਸਾ ਕੋ ਗੰਦ ਸੇਸਨ ਕਿਉਂਕਿ ਉਹਨਾਂ ਕੋ ਜ਼ਿਆਦਾ ਤਜਰਬਾ ਹੈ ਜਿਹੜੇ ਜ਼ਿਆਦਾ ਅਰਸੇ ਕੋ ਵਹਿੰਦੇ ਖੜਨ ਅਸਾਂ ਦਾ ਹੈ ਨਵੇਂ ਬੰਦੇ ਮੈਂ ਕੋਈ ਦੂਜਾ ਸਾਲ ਪਹਿਲੇ ਸਾਲ ਮੈਂ ਇੱਕ ਏਕੜ ਵਾਇਆ ਹੀ ਸ਼ੁਕਰ ਅਲਹਮਦੁਲਿਲਾ ਉਹ ਠੀਕ ਠੀਕ ਰਹਿ ਗਿਆ ਹੀ ਇਹ ਦਫਾ ਵਲ ਤਰੇ ਚਾਰ ਏਕੜ ਵਾਇ ਖਣ ਇਹ ਵੀ ਏਕੜ ਨੂੰ ਤਕਰੀਬਨ ਦੋ ਤਰੇ ਏਕ ਨਾਲੀ ਜ਼ਿਆਦਾ ਹੈ ਦੇ ਦੇ ਪਾਵੇ ਤੁਸੀਂ ਤੇ ਦੇਖੋ ਵਲ ਭਾਈ ਕਹਣੇ ਤੇ ਬਾਕੀ ਤੁਸੀਂ ਕੀ ਦੇਵੇ ਕਾਸ਼ ਕਰਨੀ ਕਰਨੀ ਚਾਹੀਏ ਕਿ ਨਹੀਂ ਕਰਨੀ ਚਾਹੀ ਕਾਸ਼ਕਾਰ ਕਾਸ਼ਕਾਰੀ ਕਰੋ ਕਰਨਾ ਦਾ ਇੱਕ ਯਾਨੀ ਕਿ ਭਾਈ ਜਾਨ ਅੱਛੀ ਗੱਲ ਹੈ ਲੇਕਿਨ ਅੱਜ ਕੱਲ ਜਿਹੜਿਆ ਚੀਜ਼ਾਂ ਮਹਿੰਗੀਆਂ ਥਿਆ ਖੜੇ ਨਾ ਉਹ ਵਜਾ ਕੋਣ ਬੰਦਾ ਕਾਚਕਾਰੀ ਨਾ ਹੀ ਕਰੇ ਤਾਂ ਬਿਹਤਰ ਹੈ ਇਹੀ ਵਜਾ ਕੋਣ ਲੋਕ ਪਿਛਾਟ ਵੈਨ ਕਾਚਕਾਰੀ ਕੋਣ ਕੋਈ ਹੁਣ ਦੇਖੋ ਨਾ ਕੋਈ ਆਦਨ ਸੇ ਮਹਿੰਗਾਈ ਥੀ ਗਈ ਹੈ ਮਹਿੰਗਾਈ ਭਾਵੇਂ ਥੀ ਗਈ ਹਰ ਚੀਜ਼ ਵਿਕਦੀ ਪਈ ਖਾਦੀ ਸਪਰੇ ਵੀ ਰਣੀਵਾਨੀਆਂ ਪੈਨ ਹਰ ਚੀਜ਼ ਥਿੰਦਾ ਪਈ ਐਵੇਂ ਸ਼ੋਰ ਹੈ ਸੇ ਮਹਿੰਗਾਈ ਹੈ ਮਹਿੰਗਾਈ ਹੈ ਚੀਜ਼ ਹਰ ਚੀਜ਼ ਚਲਦੀ ਪਈ ਹੈ ਤੇ ਬਾਕੀ ਵੀ ਰਾਤ ਤੁਸ ਸਾਡੇ ਵਾਸਤੇ ਦੁਆ ਕਰੇ ਸੋ ਤਾਂ ਕਿ ਸਾਡੀ ਫਸਲ ਅੱਛੀ ਥੀਵੇ ਤੇ ਅੱਲਾ ਸੇ ਸਾਗੂ ਰੰਗ ਲਾਵੇ ਲਾ ਸੇ ਤੁਆ ਕੋ ਰੰਗ ਲਾਵੇ ਤੇ ਹੁਣ ਸਾ ਕੋ ਇਜਾਜ਼ਤ ਅੱਲਾ ਹਾਫਿਜ਼ ਅੱਲਾ ਨੀਕੇਬਾ